ਆਗਾਮੀ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੁਲਿਸ ਵੱਲੋਂ SSP ਅਮਨੀਤ ਕੌਂਡਲ ਦੀ ਅਗਵਾਈ 'ਚ ਸ਼ਹਿਰ ਵਿੱਚ ਕੱਢਿਆ ਗਿਆ ਫਲੈਂਗ ਮਾਰਚ। ਸ਼ਰਾਰਤੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। SSP ਅਮਨੀਤ ਕੌਂਡਲ ਜੀ ਹਾਂ, ਖੰਨਾ ਪੁਲਿਸ SSP ਅਮਨੀਤ ਕੌਂਡਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਗਾਮੀ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਖੰਨਾ ਸ਼ਹਿਰ ਵਿੱਚ ਫਲੈਂਗ ਮਾਰਚ ਦਾ ਆਯੋਜਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਫਲੈਂਗ ਮਾਰਚ ਖੰਨਾ ਸ਼ਹਿਰ ਦੇ SSP ਦਫ਼ਤਰ ਤੋਂ ਸ਼ੁਰੂ ਹੋ ਕੇ ਸਥਾਨਕ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ SSP ਦਫ਼ਤਰ ਵਿਖੇ ਮੁਕੰਮਲ ਹੋਇਆ ਹੈ। ਇਸ ਮੌਕੇ ਪੁਲਿਸ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੇ ਨਾਲ ਨਾਲ ਪੈਰਾਮਿਲਟਰੀ ਫੋਰਸ ਦੇ ਜਵਾਨ ਵੀ ਮੌਜੂਦ ਸਨ। ਅਮਨੀਤ ਕੌਂਡਲ ਨੇ ਕਿਹਾ ਕਿ ਫਲੈਂਗ ਮਾਰਚ ਦਾ ਮੁੱਖ ਉਦੇਸ਼ ਆਮ ਪਬਲਿਕ ਤੱਕ ਇਹ ਸੁਨੇਹਾ ਦੇਣਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਖੰਨਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਕਿਸੇ ਵੀ ਸ਼ਰਾਰਤੀ ਅਨਸਰ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਅਪੀਲ ਕੀਤੀ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਉਹਨਾਂ ਆਵਾਮ ਨੂੰ ਅਪੀਲ ਕੀਤੀ ਕਿ ਉਹ ਅਸਲਾ ਹਥਿਆਰ ਸੰਬੰਧਿਤ ਥਾਣੇ ਦੇ ਵਿੱਚ ਜਾਂ ਗਨ ਹਾਊਸ ਦੇ ਵਿੱਚ ਤੁਰੰਤ ਜਮ੍ਹਾਂ ਕਰਾਉਣ। ਦੇਖੋ ਕਰਨ ਵਰਮਾ ਦੇ ਨਾਲ ਹਰਜਿੰਦਰ ਸਿੰਘ ਦੀ ਖਾਸ ਰਿਪੋਰਟ। ਸਰ, ਅੱਜ ਫਲੈਗ ਮਾਰਚ ਕੱਢ ਰਹੇ ਹੋ ਤੁਸੀਂ, ਇਲੈਕਸ਼ਨ ਸੰਬੰਧੀ ਕੀ ਕਹਿਣਾ ਜੀ? ਅੱਜ ਪੁਲਿਸ ਜ਼ਿਲ੍ਹਾ ਖੰਨਾ 'ਚ ਅਸੀਂ ਮਾਡਲ ਕੋਡ ਆਫ ਕੰਡਕਟ ਦੇ ਤਹਿਤ ਜਿਹੜੀ ਕੌਨਫੀਡੈਂਸ ਬਿਲਡਿੰਗ ਐਕਸਰਸਾਈਜ਼ ਹੁੰਦੀ ਹੈ ਪਬਲਿਕ ਦੇ ਲਈ, ਉਹਦੇ ਤਹਿਤ ਹੀ ਅਸੀਂ ਆਪਣੀ ਖੰਨਾ ਪੁਲਿਸ ਦੇ ਸਾਰੇ ਔਫਿਸਰ, ਸਾਰੇ SHO ਅਤੇ ਇਸ ਦੇ ਨਾਲ ਹੀ ਜਿਹੜੀ ਸਾਨੂੰ CAPF ਦੀ ਇੱਕ BSF ਦੀ ਪਲਟੂਨ ਮਿਲੀ ਹੈ, ਉਹਨਾਂ ਦੇ ਅਸਿਸਟੈਂਟ ਕਮਾਂਡੈਂਟ ਔਰ ਉਹਨਾਂ ਦੀ ਜਿਹੜੀ ਪਲਟੂਨ ਹੈ ਉਹਦੇ ਨਾਲ ਅਸੀਂ ਇੱਕ ਆਪਣੇ ਖੰਨਾ 'ਚ ਜਿਹੜੇ ਵੀ ਸੈਂਸਿਟਿਵ ਏਰੀਆਜ਼ ਹੈਗੇ ਇੰਪੋਰਟੈਂਟ, ਉੱਥੇ ਇੱਕ ਫਲੈਗ ਮਾਰਚ ਕੱਢਾਂਗੇ, ਸੋ ਦੈਟ ਜਿਹੜੇ ਸਾਡੇ ਖੰਨਾ ਦੇ ਵਸਨੀਕ ਹੈ ਉਹਨਾਂ 'ਚ ਇੱਕ ਕੌਨਫੀਡੈਂਸ ਬਿਲਡ ਕਰਨ ਲਈ ਵੀ ਅਸੀਂ ਜਿਹੜੀ ਅੱਗੇ ਇਲੈਕਸ਼ਨਜ਼ ਆ ਰਹੇ ਆ ਅਸੀਂ ਬਿਲਕੁਲ ਹੀ ਫਰੀ ਐਂਡ ਫੇਅਰ ਇਲੈਕਸ਼ਨਸ ਕੰਡਕਟ ਕਰਾਉਣ 'ਚ ਸਾਡੀ ਜ਼ਿੰਮੇਵਾਰੀ ਹੈ, ਅਸੀਂ ਉਹਦੇ ਲਈ ਫੁੱਲੀ ਪ੍ਰਿਪੇਅਰਡ ਹੈਗੇ।